ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ। ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਰਾਏਪੁਰ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸਰਪੰਚ ਭਾਈ ਦੇ ਘਰ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਹਾਂ। ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਕਾਫੀ ਵੀਡੀਓ ਵਿਖਾਈ ਦੀਆਂ ਵਾ, ਅਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਵਾ 5-6 ਮੱਝਾਂ ਵਿਖਾਉਣੀਆਂ ਵਾ, ਅਤੇ ਇੱਕ ਤੁਹਾਨੂੰ ਜਿਹੜੀ ਗਾਂ ਵਿਖਾਉਣੀ ਆ। ਅਤੇ ਮੱਝਾਂ ਵੀ ਅੱਜ ਹਰ ਵਰਾਇਟੀ ਦੀ ਮੱਝ ਵੀਰ ਨੇ ਰੱਖੀ ਆ, ਚੰਗੀ ਸੋਹਣੀ ਤੋਂ ਸੋਹਣੀ ਮੱਝ ਵੀ ਆ ਅਤੇ ਸਸਤੇ ਭਾਅ ਵਾਲੀ ਮੱਝ ਵੀ ਆ। ਵੀਰ ਜੀ ਹੁਣ ਕਹਿੰਦੇ ਕਿ ਅੱਜ 35,000 ਤੋਂ ਮੱਝ ਜਿਹੜੀ ਆਪਾਂ ਸ਼ੁਰੂ ਕਰਨੀ ਆ। ਆਹੋ ਹੁਣ ਵੀਡੀਓ ਨੂੰ ਪੂਰਾ ਵੇਖਿਓ, ਅਤੇ ਵਿੱਚ ਹੀ ਆਪਾਂ ਸਾਰੇ ਤੁਹਾਨੂੰ ਵਿਖਾਈ ਜਾਣੀਆਂ ਰਲੀਆਂ ਮਿਲੀਆਂ ਵੱਡੀਆਂ ਮੱਝਾਂ ਵੀ ਅਤੇ ਛੋਟੀਆਂ ਮੱਝਾਂ ਵੀ ਨਾਲੇ ਤੁਹਾਨੂੰ ਸਭ ਦਿਖਾਈ ਜਾਣੀਆਂ। ਆਹੋ ਹੁਣ ਗੱਲਬਾਤ ਵੀਰ ਜੀ ਉਹਨਾਂ ਨਾਲ ਕਰਦੇ ਹਾਂ, ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ। ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਜੀ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ, ਮੇਰੇ ਤੇ ਬੰਬੇ ਸ਼ੀਡਾਂ ਨੇ ਜੀ। ਚਲੋ ਵਧੀਆ, ਤੇ ਅੱਜ ਤੇ ਰੌਣਕਾਂ ਫੇਰ ਲਾਤੀਆਂ ਜੀ। ਹਾਂਜੀ ਹਾਂਜੀ, ਅੱਜ ਮੱਝਾਂ ਵਾਪਾਂ ਆਉਂਦੀਆਂ ਚੰਗੀ ਮਹਿੰਗੇ ਰੇਟ ਵਾਲੀਆਂ ਵੀ, ਬਹੁਤੇ ਵੀਰ ਮਖੌਲ ਟਾਂਡਾ ਦੇ, ਤੁਸੀਂ ਸਸਤੀਆਂ ਵੇਚਦੇ ਜੀ ਬੋਲਦੀਆਂ। ਅੱਛਾ ਅੱਛਾ, ਚੰਗੀਆਂ ਝੋਟੀਆਂ ਵੀ ਆਉਂਦੀਆਂ ਉੱਧਰ ਦੀਆਂ ਲੈਣੇ ਦੀਆਂ। ਅੱਛਾ ਅੱਛਾ, ਹਾਂਜੀ, ਮਖੌਲ ਕਰਦੇ ਆ ਕਿ ਫਿਰ ਅੱਜ ਵੱਡੀਆਂ ਮੱਝਾਂ ਪਾਤੀਆਂ ਫਿਰ ਵਿੱਚ, ਹਨਾ? ਫਿਰ ਸਸਤੀਆਂ ਵੀ ਪਈਆਂ ਉਹ, ਤੇ ਪਰ ਜਿਹੜੇ ਵੀਰ ਆਪਣੇ ਨਹੀਂ ਵੱਡੀਆਂ ਮੱਝਾਂ ਦੇ ਪੈਸੇ ਖਰਚ ਸਕਦੇ ਉਹਨਾਂ ਦਾ ਵੀ ਧਿਆਨ ਰੱਖਿਆ ਫਿਰ ਅੱਜ। ਹਾਂਜੀ, 2 ਮਹੀਨੇ ਆਉਂਦੀਆਂ ਸਸਤੀਆਂ। ਕਿੰਨੇ ਤੋਂ ਮੱਝ ਸ਼ੁਰੂ ਕਰ ਦੇਣੀ ਅੱਜ? ਅੱਜ 35,000 ਤੋਂ ਸਟਾਰਟ ਕਰਦਾ ਜੀ। ਅੱਛਾ, 35,000 ਤੋਂ ਮੱਝ ਸ਼ੁਰੂ ਕਰਨੀ ਹੈ, ਤੇ ਸਭ ਤੋਂ ਉੱਚੇ ਮੁੱਲ ਵਾਲੀ ਕਿਹੜੀ? ਸਭ ਤੋਂ ਉੱਚੇ ਮੁੱਲ ਉਹ 2 ਝੋਟੀਆਂ ਵਾ। ਕਿੰਨੇ ਵਾਲੀ ਆ? 75,000। ਅੱਛਾ, 75,000 ਜਿਹੜਾ ਵਾ, ਨਹੀਂ ਫਿਰ ਵੀ ਵੱਡਾ ਮੁੱਲ 95,000 ਨਹੀਂ ਕਰ ਸਕਦੇ ਆਪਾਂ। ਅੱਛਾ ਅੱਛਾ, ਜਿਹੜੀਆਂ ਸਕੀਮ ਝੋਟੀਆਂ ਵਾ। ਅੱਛਾ ਅੱਛਾ, ਫਿਰ ਵੀ 75,000 ਦੀ ਦੇ ਦਾਂਗੇ ਆਪਾਂ। ਠੀਕ ਹੈ ਠੀਕ ਹੈ, ਚਲੋ ਨਾਮ ਦੱਸ ਦਿਓ ਕਰੀ ਆਪਣਾ। ਹਰਜੀਤ ਸਿੰਘ। ਹਾਂਜੀ, ਪਿੰਡ ਰਾਏਪੁਰ ਖੁਰਦ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ, ਫੋਨ ਨੰਬਰ ਇੱਕ ਵਾਰੀ ਬੋਲ ਦਿਓ ਜੀ। 98778। ਹਾਂਜੀ, 82776। ਠੀਕ ਹੈ ਜੀ, ਆਓ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਮੱਝ ਬੰਨੀ ਆ, ਹਾਂ ਇਹਦਾ ਬੱਚਾ ਜੀ, ਨਾੜੂ ਜਿਹੜਾ ਨਾਲ ਗਿੱਲਾ ਹੀ ਆਪਾਂ ਦੇਖ ਸਕਦੇ ਹਾਂ। ਕੱਲ੍ਹ ਦੀ ਸੂਈ ਵੀਰ ਜੀ ਹੁਣੀ ਦੱਸਦੇ ਇਹ ਕੱਲ੍ਹ ਦੀ ਸੂਈ ਆ ਵੀਰ ਜੀ, ਅਤੇ ਕਿੰਨਾ ਕੁ ਦੁੱਧ ਚਵਾਊਗੀ? ਦੁੱਧ ਵੀਰ ਜੀ ਚਲੋ ਕੱਦ ਕਾਟ ਦੇ ਹਿਸਾਬ ਨਾਲ ਲੇਵਾ ਲੂਗਾ, ਤਾਂ ਬਹੁਤ ਇੱਕ ਵਿਖਾਓ। ਹਾਂਜੀ ਹਾਂਜੀ, ਇਸ ਹਿਸਾਬ ਨਾਲ ਦੁੱਧ 9 ਲੀਟਰ ਦਾ ਚਵਾਈ ਜਾਊਗੀ। ਅੱਛਾ, 9-10 ਲੀਟਰ ਚਵਾ ਜਾਊਗੀ। ਚਵਾ ਜਾਣਾ ਲੇਵਾ, ਬੜਾ ਧਾਰ ਧੂਰ ਬੜੀ ਪੋਲੀ ਹੈ। ਅੱਛਾ ਜੀ, ਚਵਾ ਜੂ ਓਕੇ, ਥਣ ਜਾਵਦੇ ਵੱਡੇ ਜਿੱਦਾਂ ਕੋਈ ਧਾਰ ਸਖਤ ਹੋਊਗੀ। ਹਾਂਜੀ ਹਾਂਜੀ, ਤੁਹਾਨੂੰ ਮਾਰ ਕੇ ਦਿਖਾ ਦਿੰਦੇ ਹਾਂ। ਇਸ ਤਰ੍ਹਾਂ ਹੀ ਪੈ ਜਾਂਦੇ? ਇੱਦਾਂ ਹੀ ਬਹੁਤ ਠੰਡੀ ਬੜੀ ਹੈ। ਅੱਛਾ, ਇਸ ਤਰ੍ਹਾਂ ਹੀ ਪੋਲੀ ਆ ਦੇ ਸਕਦੇ, ਇਸ ਤਰ੍ਹਾਂ ਹੀ ਗਾਵਾਂ ਵਾਂਗੂ ਆ ਪੋਲੀ ਧਾਰ ਜੇ? ਬਿਲਕੁਲ ਠੀਕ ਹੈ ਜੀ, ਬਿਲਕੁਲ ਪੋਲੀ ਹੈ। ਅਤੇ ਸੂਆ ਕਿੰਨਵਾਂ ਇਹਦਾ ਆ ਗਿਆ ਫਿਰ? ਸੂਆ ਇਹਦਾ ਦੂਜਾ ਹੀ ਹੋਊ। ਦੂਜਾ ਤਾਂ ਨਹੀਂ ਲੱਗਦਾ ਵੈਸੇ, ਤੀਜਾ ਹੋ ਚਲੋ। ਹਾਂਜੀ ਹਾਂਜੀ, ਦੂਜਾ ਕਹਿੰਦੇ ਸਾਨੂੰ। ਠੀਕ ਹੈ ਠੀਕ ਹੈ, ਚਲੋ ਫਿਰ ਤੋਰ ਕੇ ਵਿਖਾਈਏ, ਅਤੇ ਮੁੱਲ ਇਹਦਾ ਫਿਰ ਦੱਸੀਏ ਆਪਾਂ। ਇਹਦਾ ਮੁੱਲ ਬਹੁਤ ਬਿਲਕੁਲ ਜਾਇਜ਼ ਜੀ। ਕਿੰਨਾ ਕੁ ਜਾਇਜ਼? ਜਿੱਦਾਂ ਦਾ ਕਰਦੇ ਆ ਉਹਨਾਂ ਦਾ ਹੀ ਮੁੱਲ ਇਹਦਾ। ਅੱਛਾ ਜੀ, ਕਿੰਨਾ ਕੁ? 42,000। 40 ਦੀ ਕਰ ਦਿਓ ਕਿ ਪੂਰੀ? ਸੱਜਰ ਮੱਝ ਦੇ ਮੁਣ ਕੇ ਕੋੜਾ ਨਹੀਂ ਕਰ ਦਿਓ ਫਿਰ 40 ਦੀ। ਚਲੋ ਠੀਕ ਹੈ, ਫਿਰ 40,000 ਦੀ ਵੀਰ ਜੀ ਨੇ ਕਹਿੰਦੇ ਕਿ ਦੇ ਦੇਵਾਂਗੇ। ਤੋਰ ਦੇ ਵੀਰ ਜੀ, ਸਿੱਧੀ ਤੋਰ ਦਿਓ ਜੀ, ਹਵਾਨਾ ਇੱਕ ਵਾਰੀ ਤੁਹਾਨੂੰ ਵਿਖਾ ਦਈਏ। ਕੱਦ ਦਰਮਿਆਨਾ, ਬਹੁਤਾ ਵੱਡਾ ਕੱਦ ਨਹੀਂ ਹੈ, ਪਰ ਹਵਾਨਾ ਪਿੱਛੇ ਸੋਹਣਾ, ਰੇਟ ਦੇ ਹਿਸਾਬ ਨਾਲ ਵੇਖੀਏ ਅਤੇ ਹਵਾਨਾ ਸੋਹਣਾ। 40,000 ਦੇ ਵੀਰ ਜੀ ਨੇ ਕਹਿੰਦੇ ਕਿ ਆਪਾਂ ਦੇਵਾਂਗੇ, ਤਾਜ਼ੀ ਸੂਈ ਹੈ ਜਿਹੜੀ ਸੱਜਰ ਮੱਝ ਆ। ਠੀਕ ਹੈ ਜੀ, ਬੰਨ ਦਿਓ ਜੀ। ਹਾਂ ਹੁਣ ਇੱਕ ਹੋਰ ਮੱਝ ਤੁਹਾਨੂੰ, ਇੱਕ ਵੱਡੇ ਢਾਂਚੇ ਵਾਲੀ ਮੱਝ ਇੱਕ ਤੁਹਾਨੂੰ ਵਿਖਾਉਣੀ ਹੈ। ਇਹ ਸਾਰੀ ਮਿਕਸ ਵਰਾਇਟੀ ਵੀਰ ਨੇ ਰੱਖੀ ਹੈ ਜੀ ਸਾਰੀ। ਹਾਂਜੀ ਵੀਰ ਜੀ, ਇਹਨੇ ਕਿੰਨਾ ਸੂਆ ਸੋਹਣਾ ਜੀ? ਤੀਜਾ ਸੂਆ ਵੀਰ ਜੀ ਸੋਹਣੀ ਹੈ। ਅੱਛਾ, ਇਹ ਤੀਸਰਾ ਸੂਆ ਸੋਹਣੀ ਹੈ, ਗਰੰਟਡ ਮੈਂ। ਅੱਛਾ ਜੀ ਹਾਂਜੀ, ਤੇ ਕਿੰਨਾ ਕੁ ਦੁੱਧ ਚਵਾਊਗੀ ਇਹਦਾ? ਦੁੱਧ ਵੀਰ ਜੀ 18 ਕਿਲੋ ਦੀ ਆਦਤ ਰੱਖੀ ਹੈ। ਅੱਛਾ, 18 ਲੀਟਰ ਦੁੱਧ, 16 ਕਿਲੋ ਪਿਛਲੀ ਰਾਤ ਦੂਜੇ ਸਵੇਰ ਤੋਂ ਚਵਾਇਆ। ਅੱਛਾ ਅੱਛਾ, ਬਾਕੀ ਤੁਹਾਨੂੰ ਇਹਦੇ ਸਰੀਰਕ ਢਾਂਚੇ ਤੋਂ ਤੇ ਲੇਵੇ ਤੋਂ ਪਤਾ ਲੱਗ ਹੀ ਜਾਣਾ ਵੀ ਦੁੱਧ ਵਾਲੀ ਹੈਗੀ ਹੈ। ਹਾਂਜੀ ਹਾਂਜੀ, ਆਪ ਆਪ ਦੱਸੀ ਜਾਂਦੀ ਸਾਰੀ। ਠੀਕ ਹੈ, ਇੱਕ ਹਫ਼ਤਾ ਲੈਂਦੀ ਹੈ, ਵੇਖੋ ਖੱਬੇ ਦਾ ਚੱਡਾ ਬਣਾਇਆ ਇਹਨੇ। ਅੱਛਾ, ਹਫ਼ਤਾ ਸੂਨ 'ਚ ਖੜਦੀ ਹੈ, ਖੜਦੀ ਹੈ ਤੇ ਵੇਖੋ, ਤੇ ਬੋਡੀ ਵੇਟ ਤੇ ਚੰਗਾ ਇਹਦਾ, ਹਨਾ? ਸਾਰੀਆਂ ਚੈ ਚਮੜੀ ਪਤਲੀ ਚਮੜੀ ਲਈ। ਹਾਂਜੀ, ਸਾਰੇ ਸਰੀਰ 'ਚ ਇਹਦੀਆਂ ਵੀਣਾਂ ਲੀਤੀਆਂ ਵੇਖੋ। ਹਾਂਜੀ ਹਾਂਜੀ, ਪੂਰੇ ਸਰੀਰ 'ਤੇ ਆਪਾਂ ਪਤਲੀਆਂ ਪਤਲੀਆਂ ਨਾੜਾਂ ਦੇਖ ਸਕਦੇ ਹਾਂ। ਅਤੇ ਇਹਦਾ ਕੀ ਫਿਰ ਮੁੱਲ ਰੱਖਿਆ? ਇਹਦਾ ਮੁੱਲ ਤਾਂ ਵੀਰ ਜੀ ਦੁੱਧ ਦੇ ਹਿਸਾਬ ਨਾਲ ਭਾਵੇਂ 1.5 ਲੱਖ ਕਰ ਲਈਏ। ਹਾਂਜੀ, ਪਰ ਆਪਾਂ 85,000 ਕਰਾਂਗੇ ਮੁੱਲ। ਅੱਛਾ, 85,000 ਮਾਨਤਾਨ ਹੋ ਜੂਗਾ ਵਿੱਚ? ਕਰ ਦਾਂਗੇ ਜੀ। ਠੀਕ ਹੈ ਜੀ, ਤੇ ਟਾਈਮ ਅਜੇ ਹਫ਼ਤਾ ਕੁ ਖੜਦੀ ਹੈ? ਦੁੱਧ ਦੀ ਜਿਹੜੀ ਗਰੰਟੀ ਆ ਕਿ 18 ਕੋਲ ਦੁੱਧ ਕੱਢੂਗੀ। ਅੱਛਾ ਜੀ, ਦੁੱਧ ਦੀ ਸੇਵਾ ਕਰਕੇ ਕੋਈ ਵੱਧ ਵੀ ਕਢਾ ਸਕਦਾ। ਠੀਕ ਹੈ ਜੀ, ਠੀਕ, ਲਿਆ ਤੋਰੋ ਜੀ ਫਿਰ ਇਹਨਾਂ ਵੀ। ਬਾਕੀ ਸੋਹਣੀ ਮੱਝ ਅੱਜ, ਢਾਂਚਾ ਕਾਫੀ ਤਕੜਾ ਵਾ ਇਹਦਾ।
तोड़ते वीर जी सीधी तोड़ दे। हाँ देख सकते थले हवाना पिट पुड़े तो आप देख सकते काफ़ी चौड़ी है। लै जाओ वीर जी सीधी लै जाए। ठीक है वीर जी लै जाओ वापस। 85,000 चो मान तान जोड़ा यदा होगा। बाकी कोई वीर इतने आ गया अपनी पसंद करके खड़े। पिछे भी काफ़ी चौड़ी है तो थले हवाना भी काफ़ी सोहना। अजे हफ्ता सून च खड़ती है तो सून तक हवाना अजे सोहना भरूगी। ठीक है जी। हाँ हुण तुहानू तीसरे नंबर ते एक होर शकीन झोटी विखाउणी आ। सिंग बड़ा प्यारा वेदा प्योर जैड ब्लैक है। पूरी काली है पिछे तक पूछ तो लैके पूरा सिर तक पूरी काली है। पिछे भी काफ़ी चौड़ी है। थाना का गैप आप देख सकते काफ़ी दूर दूर तक हवाने के उत्ते नाड़ा भी आप बरीक बरीक देख सकते हैं। हाँ जी सरपंच साहब ये बारे दसीए जी। जी ये लगती है वेखन पहला सूआ जी पर सूआ दूजा है। अच्छा दूसरा सूआ है। सूए ने 12-13 लीटर दुध चवाया उधर दी हराने की झोटी। अच्छा जी। हाँ जी ऐरकी दुध 13-14 किलो चवाऊगी आराम नाल। 13-14 लीटर दुध ऐरकी करूगी। अच्छा दूसरा सूआ वा ये वेखन पहला लगती है। ठीक चार लेंदी है। अच्छा 5-4 दिन खड़ती है। बाकी बॉडी वेट चंगा ना कद भी चंगा पली जुड़ी बहुत छोटी है। हाँ जी चंगी सांभी है किसी ने। ठीक है तो एदा की मुल रखिया फिर। मुल ते भी जी भाए छोटी है अगर शकल शुकल तो भावे दा 95 कर लो। हाँ जी 76,000 दी दे। अच्छा 76,000 दी दे दोगे मान तान कर दोगे विच। ठीक है जी। ओदन आपा पिछली थोड़ी महंगी मिली झोटी आपा पिछली वीडियो च 92,000 दी बेची। हां जी हां जी सेम ही एहो जी। हां जी हां जी आपा इहदा वी हुण 95 कर सकदे बाकी ओ वेगी फिर झोटी ओ स्टेल वेगी 92,000 दी। अच्छा अच्छा 92 दी वेगी ओदा 95 कीता है मुल। ठीक है ते लियाओ फिर ए भी झोटी जेड़ी सोहनी शकीन झोटी है। वीर जी ने कहंदे कि जेड़ी फिर जिस तरह दी पिछे आऊगी उस हिसाब नाल जेड़ी आपा देनी है। जेड़ी चीज जायज आई है ओ जायज ही देनी है। बाकी रस्सी दा थोड़ा जिहा करदी चापू दा खुल्ली फिरदी रही। अच्छा जी कोई लागे चागे नहीं है। टाइम हफ्ता ला ही जाना वा इन सून च फेस क्वालिटी आप देख सकते हैं सोहनी झोटी है। हाँ जी हाँ जी ठीक है वीर जी ला जाओ बांधे चौथे नंबर ते एक होर झोटी तुहानू दिखाउणी है। सोहनी झोटी है भी। हाँ जी सरपंच साहब जी चौथे नंबर ते बन्नी इहदे बारे भी दसीए जी। दूजा सूआ सोहनी झोटी। अच्छा भी दूसरा सूआ सोहनी है। अच्छा जी ਕਿੰਨਾ ਕੁ ਟਾਈਮ ਖੜਦੀ ਹੈ ਸੂਨ ਚ ਇਹ ਵੀ ਲੈ ਜਾਊਗੀ ਇੱਕ ਹਫਤਾ ਹਫਤਾ ਲੈ ਜਾਊਗੀ ਠੀਕ ਸਣਾ ਸੁਣਾ ਦੀ ਜੇਲ ਚੰਗੀ ਸੋਹਣੀ ਤੇ ਦੁੱਧ ਕਿੰਨਾ ਕੁ ਚਵਾ ਦੂ ਦੁੱਧ ਇਹਨੂੰ 14 ਲੀਟਰ ਚਵਾਉਗੀ ਅੱਜ ਦੀ 14 ਕੁ ਲੀਟਰ ਚਵਾ ਦੋਗੀ 12 ਕੁ ਲੀਟਰ ਚਵਾਇਆ ਨੇ ਪਹਿਲਾਂ ਨੇ ਠੀਕ ਹੈ ਤੇ ਕੱਦ ਕਾਟ ਬਹੁਤ ਕਰ ਗਈ ਚੰਗਾ ਲੇਵਾ ਬਹੁਤ ਲਾ ਜੀ ਠੀਕ ਹੈ ਠੀਕ ਹੈ ਤੇ ਇਹਦਾ ਕੀ ਮੁੱਲ ਰੱਖਿਆ ਫਿਰ ਇਹਦਾ ਮੁੱਲ ਜਾਇਜ਼ ਜੀ ਕਿੰਨਾ ਕੁ ਇਹਦਾ 60,000 ਅੱਛਾ 60,000 मानता ना जुगा मौके। ठीक है जी लिया तोर दे जी ये भी तोर के विखाई। ठीक है अजे सोन से टाइम खड़ती है। हाँ देख सकते जी फेस क्वालिटी ये भी जड़ी चंगी है। हवाना तो एक करी लागे तो देख सकते जी सोन तकर सोना हवाना भरूगी। अजे हफ्ता एक सोन च खड़ती है। ठीक है वीर जी एक मिनट वीर जी खिलार दे थान थानू विखा दी करी चंगी तरह लग गया। हाँ देख सकते थान। हाँ जी ठीक है जी फेस क्वालिटी एक करी फिर तो देख सकते जी। हाँ झोटी का भी कद चंगा है। छियाठ हज़ार च महान तान जरा वीर जी ने कहते कि आप करेंगे बिल्कुल। हाँ जी हाँ जी सोहनी झोटी है। आओ हम एक माझ तुम दिखाई है ये बारे भी आप अमीर तो पुछते हैं। ये नीली च आ गई है। हाँ जी हाँ जी ये बारे भी दसीए जी। ਇਹ ਵੀ ਜੀ ਤੇਜਾ ਸੂਆ ਸੋਈ ਜੇ। ਹਾਂਜੀ ਤੇ ਇਹਦੇ ਕੋ ਤਿਆਰ ਹੀ ਦੁੱਧ ਦੇ ਬੋਲੇ ਦੇ ਹਿਸਾਬ ਨਾਲ ਹੀ ਕੋਈ 11 ਲੀਟਰ ਦੁੱਧ ਆ। ਅੱਛਾ 11 ਕਿ ਲੀਟਰ ਦੁੱਧ ਆ। ਦੁੱਧ ਕਹਿੰਦੇ ਸੀ ਵੀ ਉਹ 13-14 ਕਿਲੋ ਆਰਾਮ ਨਾਲ ਦਿੰਦੀ ਹੈ। ਅੱਛਾ 13-14 ਕਿਲੋ ਦੁੱਧ ਚਵਾ ਦਿੰਦੀ ਹੈ। ਕਿੰਨੇ ਦਿਨ ਹੋਏ ਜੇ ਸੂਈ ਨਾ? ਸੂਈ ਨੇ ਹਫਤਾ ਹੋ ਗਿਆ। ਹਫਤਾ ਹੋ ਗਿਆ। ਬੱਚਾ ਕੀ ਆ ਗਿਆ ਮਗਰ? ਕੱਟੀ ਜੀ। ਮਗਰ ਕੱਟੀ ਆ ਗਈ। ਆਹ ਕੱਟੀ ਜੇ।
ठीक है जी, लिया खोलो फिर तोरी ना। तो एदा की मुल रखे जी फिर? एदा मुल 62,000। 62,000 मानता ना जुगा मौके ते? हाँ जी हो जी। ठीक है जी, हाँ देख सकते जी नीली दी मज आ जड़ी, ये भी बेल चंगी है, ये भी पूछ तो लंडी है। हवाना थले एक करी देख सकते, हवाना ये कोल भी सोना। 62,000 जिहड़ा मुल इहदा वीर जी उन्होंने किया उस च मैं मानता ना मौके ते हो जूगा। हाँ जी ठीक है वीर जी, ला जाओ जी। हुण एक गां जिहड़ी तुहानूं आह वाली विखाउणी आ, एक जिहड़ी 35,000 वाली मज वो रह गई है, वह भी तुहानूं दिखाउणी आ। सना दा गैप जिहड़ा इहदा भी चंगा। एक जिहड़ी ताजी सोई हुण तुहानूं गां एक दिखाउणी आ, हवाना आपां देख सकदे, हवाना सोहना वा गां नूं। पिछे भी हवाना आप देख सकते, किनवा सूआ सूई भी दूसरा सूआ तो बच्चा की आ गया जी, मगर मगर अच्छा कल दी सूई है तो मगर बच्चा आ गया जी। हवाना आप थले देख सकते डिटेल ये जी एक तोर के तुम दिखा दी फिर दस दे। पिछे जो थान ये विधी आता कोई दो दिन चो ओदा ही जड़े लगे आ पिछे जड़े आ जड़ा बच्चा जी एदा नड़ नाल ही अज बाकी सोहनी वैड़ आ, खाने भी सोहना दूर दूर लगा है। बाकी हवाना पछाण भी चंगा तो हवाना गाना भी चंगा। हाँ जी ये बारे भी दसीए जी। दूजा सुबह सोई भी जी, कल ही सवेरे सोई है जी। अच्छा जी कल सवेरे सोई है, वधिया पार्टी है। ठीक है ठीक है, जोर दी वीडियो भी अपने घर आई है, कोल ही सोई अपने। हाँ जी कोल सोई है। ठीक है, तो कितना के दूध चवाऊगी है? दूध भी जी पहले सुबह सवाया 18-19 किलो अपने इस तरह को ले गई। अच्छा जी, दुद्धना कि चवा जाऊगी? चलो फिर दसियो बारे आ देख सकते जी दोस्तो, झोटी पहले सुबह कद काफी उच्चा जिहड़ा झोटी का, बाकी शरीर थोड़ी कलिसी पर कद दी काफी चंगी है। इहदे बारे दसिए जी। ਇਹ ਵੀ ਜੀ ਪਹਿਲਾ ਸੂਆ ਸੂਈ ਹੈ। ਹਾਂਜੀ ਤੇ ਗਾਂ ਗੱਬਣ ਜੇ 1.5 ਮਹੀਨੇ ਦੀ। ਅੱਛਾ ਜੀ ਠੀਕ ਹੈ, ਤੇ ਦੁੱਧ ਕਿੰਨਾ ਕਿ ਜੇ ਤੇ ਦੁੱਧ ਜੀ ਕਿੰਨਾ ਆਪਣਾ ਕੱਲ ਜਿਹੜੇ ਆਈ ਆ? ਹਾਂਜੀ ਤੇ ਸਾਂਭਿਆ ਸੁਮਿਆ ਦੁੱਧ ਵਧੂਗੀ ਜਿਹੜੇ 6 ਲੀਟਰ ਹੈ। ਅੱਛਾ 6 ਲੀਟਰ ਦੁੱਧ ਉਹਨਾਂ ਹੈਗਾ ਹੈ। ਠੀਕ ਹੈ, ਤੇ ਮੁੱਲ ਫਿਰ ਇਹਦਾ 35,000 ਹੀ ਮਾਨਤਾ ਨਾ ਜੋ ਮੌਕੇ ਤੇ। ਬਾਕੀ ਇਹਦੀ ਇੱਕ ਗੱਲ ਵੀ ਜੀ, ਇਹਦਾ ਜਮਾਂਦਰੂ ਹੀ ਹੈ, 3 ਥਣ ਜੀ ਵਿਖਾ ਦਿਓ। ਅੱਛਾ ਇਹ 3 ਥਣ ਹੀ ਹੈ ਵੀ? 2 ਥਣ ਹੀ ਹੁੰਦੀ, 3 ਥਣ ਹੀ ਵੇਲੋ। ਅੱਛਾ ਅੱਛਾ ਜਮਾਂਦਰੂ ਹੀ ਇਸ 3 ਥਣ ਥੋੜਾ ਜਿਹਾ ਡਰਦੀ ਆ। 3 ਥਣ ਆਏ ਵੀ ਜਿਹੜੀ 3 ਥਣਾਂ 'ਚ ਜਿਹੜਾ 3 ਕਿਲੋ ਦੁੱਧ, ਅੱਗੇ ਵੀ ਇੱਕ ਦਿਨ ਆਪਾਂ ਇਸ ਤਰ੍ਹਾਂ ਹੀ 3 ਥਣਾਂ ਵਾਲੀ ਮੱਝ ਵਿਖਾਈ ਸੀ, ਆਹ ਦੇਖ ਸਕਦੇ ਜੀ ਇਹਦੇ ਵੀ ਜਿਹੜੇ 3 ਥਣ ਹੀ ਆ। ਕੁਦਰਤੀ 3 ਥਣ ਆ, ਇਹ ਨਹੀਂ ਕਿ ਜਾਂ ਕੋਈ ਬੰਦ ਹੋ ਗਿਆ ਵਾ, ਕੁਦਰਤੀ 3 ਥਣ ਆ। ਹਾਂਜੀ ਠੀਕ ਹੈ ਜੀ, ਤੋਰੀਏ ਜੀ ਇਹਨਾਂ। ਹਾਂ ਦੇਖ ਸਕਦੇ ਜੀ ਝੋਟੀ, ਹਾਂਜੀ ਸੋਹਣੀ ਕੱਦ ਦੇਖ ਸਕਦੇ ਆਪਾਂ। ਬਾਕੀ ਜੇ ਕੋਈ ਸਾਂਭ ਵਾਲਾ ਲੈ ਜੇ ਤੇ ਦੁੱਧ ਚੋ ਕੇ ਤੇ ਸੋਹਣੀ ਝੋਟੀ ਜਿਹੜੀ ਤਿਆਰ ਕਰ ਸਕਦਾ। ਇਸ ਟਾਈਮ 6 ਲੀਟਰ ਦੁੱਧ ਜਿਹੜਾ ਇਹਦੇ ਕੋਲ ਦੱਸਦੇ ਆ, ਅਤੇ ਮੁੱਲ ਜਿਹੜਾ ਇਹਦਾ 35,000 ਹੈ ਮਾਨਤਾ ਨਾ, ਉਹਦੇ ਤੋਂ ਮੌਕੇ ਦੇ ਉਹ 'ਚੋਂ ਵੀ ਹੋਜੂਗਾ, ਬਾਕੀ ਫੇਸ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਜੀ। ਕੁਦਰਤੀ 3 ਥਣੇ ਆ ਜੀ, 3 ਥਣਾਂ 'ਚ ਜਿਹੜਾ 6 ਲੀਟਰ ਦੁੱਧ ਆ। ਹਾਂਜੀ ਸਰਪੰਚ ਸਾਹਿਬ ਹੋਰ ਕੁਛ ਕਹਿਣਾ ਜੀ ਫਿਰ? ਬਸ ਜੀ ਮਿਹਰਬਾਨੀ ਸਾਰੇ ਵੀਰਾਂ ਨੂੰ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਹਾਂਜੀ, ਅਤੇ ਜਿਸ ਕੋਲ ਨਹੀਂ ਹੈਗਾ ਟਾਈਮ ਉਹਨੇ ਤਾਂ ਔਨਲਾਈਨ ਮੰਗਾਉਣੀਆਂ ਹੀ ਆ। ਹਾਂਜੀ ਹਾਂਜੀ, ਜਿਸ ਕੋਲ ਨਹੀਂ ਆ ਸਕਦਾ ਜਾਂ ਸੱਜਣ ਮਿੱਤਰ ਆਵੇ ਨਹੀਂ ਆ ਸਕਦਾ, ਬਾਕੀ ਆਪਣਾ ਵਿਸ਼ਵਾਸ ਸੱਜਣ ਮਿੱਤਰਾਂ ਨੂੰ ਵਾਧੂ ਬਣਿਆ ਹੋਇਆ। ਅੱਛਾ ਜੀ ਹਾਂਜੀ, ਜੋ ਆਪਾਂ ਦੱਸਦੇ ਉਹੀ ਨਿਕਲਦਾ। ਠੀਕ ਹੈ ਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਪਸ਼ੂ ਜਿਹੜੇ ਵੀਰ ਜੀ ਉਹਨਾਂ ਨੇ ਵਿਕਾਊ ਕੀਤੇ ਆ, ਅਤੇ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ
अपना इत्थे आके तसल्ली करके चवाई करके फिर पशु खरीदे जी। हाँ जी दोस्तों, वीडियो ने पूरा देखने लिए बहुत बहुत